ਤਨਗੁਰਗਨ ਸਾਹਿਬ ਦੇ ਵਿੱਚ 31 ਰਾਗ ਨੇ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੋਰੀ ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵਡਹਾਂਸ ਸੋਠ ਤਨਾਸਰੀ ਤੇ ਜੈਸਰੀ ਟੋਡੀ ਤੇ ਬਰਾੜੀ ਉਤਲੰਗ ਸੂਈ ਛਾਇਓ ਹੈ ਬਿਲਾਵਲ ਗੌਣ ਰਾਮਕਲੀ ਨਟ ਮਾਲੀ ਗੌੜਾ ਮਾਰੂ ਤੇ ਤੁਖਾਰੀ ਉਕਦਾਰ ਪੈਰੂ ਪਾਇਓ ਹੈ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਵਿਵਾਸ ਜੈ ਜਵੰਤ ਦੀ ਗੁਣਗਾਇਓ ਹੈ। ਇਹ ਕੁੱਲ 12 ਰਾਗ ਨੇ ਤਨ ਗੁਰਗਨ ਕੁੱਲ 31 ਰਾਗ ਨੇ ਤਨ ਗੁਰਗਨ ਸਾਹਿਬ ਜੀ ਦੀ ਬਾਣੀ ਦੇ ਵਿੱਚ। ਇਹਨਾਂ 31 ਰਾਗਾਂ ਦੇ ਵਿੱਚ ਗੌੜੀ ਜਿਹੜਾ ਉਹ ਤੀਜੇ ਨੰਬਰ ਦਾ ਰਾਗ ਹੈ ਔਰ ਇਸ ਗੌੜੀ ਰਾਗ ਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਨੇ ਭਾਵ ਗੌੜੀ ਰਾਗ ਦੇ ਅੰਦਰ 11 ਕਿਸਮਾਂ ਨੇ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ 11 ਕਿਸਮਾਂ ਦੀ ਗੌੜੀ ਸਾਡੇ ਸਾਹਮਣੇ ਆਉਂਦੀ ਹੈ। ਬਕਾਇਦਾ ਰਾਗਾਂ ਨੂੰ ਤਰਤੀਬ ਦਿੱਤੀ ਹੈ ਉਹਨਾਂ ਰਾਗਾਂ ਵਿਚਲੇ ਤਤਕਰੇ ਦੀ ਵੀ ਤਰਤੀਬ ਹੈਗੀ ਹੈ। ਉਹਨਾਂ ਦੇ ਵਿੱਚ ਵੀ ਰਾਗਾਂ ਦੇ ਵਿੱਚ ਜਿਹੜੇ ਅੱਗੋਂ ਉਪ ਰਾਗ ਨੇ ਜਾਂ ਮਿਸ਼ਰਤ ਰਾਗ ਨੇ ਉਹ ਨਾਲ ਜੁੜੇ ਹੋਏ ਨੇ। ਰਾਗਾਂ ਦੀ ਤਰਤੀਬ ਐਸੀ ਬਣਾਈ ਸਤਿਗੁਰੂ ਪਾਤਸ਼ਾਹ ਜੀ ਨੇ। ਸ੍ਰੀ ਰਾਗ ਇਹ ਰਾਤ ਦਾ ਰਾਗ ਹੈ, ਮਾਝ ਰਾਗ ਇਹ ਵੀ ਰਾਤ ਦਾ ਰਾਗ ਹੈ, ਗੌੜੀ ਰਾਗ ਜਿਹੜਾ ਇਹ ਵੀ ਰਾਤ ਦਾ ਰਾਗ ਹੈ। ਹਾਲਾਂਕਿ ਇਹਨੂੰ ਗੌੜੀ ਰਾਗ ਨੂੰ ਸਵੇ ਰਾਤ ਦਾ ਭੈਰੋ ਵੀ ਕਹਿੰਦੇ ਨੇ। ਭੈਰੋ ਜਿਹੜਾ ਸਵੇਰ ਦਾ ਰਾਗ ਹੈ ਪਰ ਭੈਰੋ ਦੀਆਂ ਸੁਰਾਂ ਤੇ ਗੌੜੀ ਰਾਗ ਦੀਆਂ ਸੁਰਾਂ ਇੱਕੋ ਜਿਹੀਆਂ ਨੇ। ਇਸੇ ਕਰਕੇ ਗੌੜੀ ਰਾਗ ਨੂੰ ਰਾਤ ਦਾ ਭੈਰੋ ਵੀ ਕਹਿ ਦਿੱਤਾ ਜਾਂਦਾ ਹੈ। ਪਰ ਇਹਦੇ ਚਲਨ ਦੀ ਤਰਤੀਬ ਕਿਉਂਕਿ ਥੋੜੀ ਵੱਖਰੀ ਹੈ ਇਸ ਕਰਕੇ ਇਸ ਰਾਗ ਦਾ ਵੱਖਰਾ ਨਾਮ ਆ ਗਿਆ। ਵਾਦੀ ਸਵਾਦੀ ਦੇ ਰਾਗ ਦੇ ਜਿਵੇਂ ਮੇਨ ਸਵਰ ਹੁੰਦੇ ਨੇ 12 ਸਵਰ 7 ਜਿਹੜੇ ਮੇਨ ਹੁੰਦੇ ਨੇ ਉਸ ਤੋਂ ਬਾਕੀ ਕੋਮਲ ਤੀਬਰ ਮਿਲਾ ਕੇ ਕੁਛ ਕੁੱਲ 12 ਸਵਰ ਰਾਗ ਦੇ ਵਿੱਚ ਸੰਗੀਤ ਦੇ ਵਿੱਚ ਬਣ ਜਾਂਦੇ ਨੇ। ਤੇ ਜਦੋਂ ਕਿਸੇ ਰਾਗ ਦੀਆਂ ਸੁਰਾਂ ਮਿਲਦੀਆਂ ਹੋਣ ਫਿਰ ਉਹਨਾਂ ਦੇ ਚਲਨ ਦੀ ਤਰਤੀਬ ਬਦਲ ਦਿੱਤੀ ਜਾਂਦੀ ਹੈ। ਕੋਈ ਸੁਰ ਠਹਿਰਾਓ ਵਿੱਚ ਪੌਜ਼ ਵਿੱਚ ਲਮਕਾ ਕੇ ਤੇ ਕੋਈ ਸੁਰ ਜ਼ਿਆਦਾ ਰੁਕ ਕੇ ਤੇ ਕੋਈ ਤੇਜ਼। ਇਸੇ ਤਰ੍ਹਾਂ ਭੈਰੋ ਤੇ ਗੌੜੀ ਦੇ ਵਿਚਕਾਰ ਹੈ। ਮਾਝ ਰਾਗ ਸ੍ਰੀ ਰਾਗ ਗੌੜੀ ਰਾਗ ਇੱਕ ਰਾਤ ਦੇ ਰਾਗ ਨੇ। ਅਖੀਰਲਾ ਰਾਗ ਜਿਹੜਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਵੇਲੇ ਦਾ ਉਹ ਹੈ ਪ੍ਰਭਾਤੀ ਰਾਗ। ਪ੍ਰਭਾਤੀ ਦਾ ਭਾਵ ਪ੍ਰਭਾਤ, ਚਾਨਣ, ਰੋਸ਼ਨੀ, ਸਵੇਰ। ਸਤਿਗੁਰੂ ਪਾਤਸ਼ਾਹ ਨੇ ਅਖੀਰਲਾ ਰਾਗ ਪ੍ਰਭਾਤੀ ਰਾਗ ਰੱਖਿਆ। ਉਹਦੇ ਪਿੱਛੇ ਇੱਕ ਕਾਰਨ ਸੀ ਕਿ ਸਿੱਖਾ ਤੇਰੀ ਜ਼ਿੰਦਗੀ ਵਿੱਚ ਦੁੱਖਾਂ ਦਾ ਹਨੇਰਾ ਹੋਵੇ, ਸਮੱਸਿਆਵਾਂ ਵਿੱਚ ਤੂੰ ਘਿਰਿਆ ਹੋਇਆ ਹੋਵੇ, ਅਨੇਕਾਂ ਮੁਸੀਬਤਾਂ ਦੇ ਵਿੱਚ ਡੋਲਦਾ ਹੋਵੇ, ਅੰਧਕਾਰ ਹਨੇਰੇ ਵਿੱਚ ਭਟਕ ਰਿਹਾ ਹੋਵੇ, ਕਦਮ ਕਦਮ ਤੇ ਡੋਲਦਾ ਹੋਵੇ, ਤੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦੇ। ਗੁਰਬਾਣੀ ਕੀ ਕਰੇਗੀ? ਤੈਨੂੰ ਅੰਧਕਾਰ ਤੋਂ ਰੋਸ਼ਨੀ ਦੀ ਤਰਫ ਲੈ ਜਾਏਗੀ। ਜ਼ਿੰਦਗੀ ਚ ਦੁੱਖਾਂ ਦਾ ਹਨੇਰਾ ਹੋਵੇ, ਬਾਣੀ ਪੜ੍ਹਨੀ ਸ਼ੁਰੂ ਕਰ ਦੇ। ਸ੍ਰੀ ਰਾਗ ਰਾਤ ਦਾ ਰਾਗ, ਮਾਝ ਰਾਗ ਗੌੜੀ ਰਾਗ ਰਾਤ ਦੇ ਰਾਗ ਨੇ। ਜਿਵੇਂ ਜਿਵੇਂ ਬਾਣੀ ਪੜ੍ਹਨੀ ਸ਼ੁਰੂ ਕਰ ਦੇਗਾ ਤੇਰੀ ਜ਼ਿੰਦਗੀ ਵਿੱਚੋਂ ਦੁੱਖਾਂ ਦੀ ਕਾਲੀ ਬੋਲੀ ਹਨੇਰੀ ਰਾਤ ਸਮਾਪਤ ਹੋ ਜਾਏਗੀ, ਸੁੱਖਾਂ ਦਾ ਪ੍ਰਕਾਸ਼ ਸ਼ੁਰੂ ਹੋ ਜਾਏਗਾ, ਇੱਕ ਦਿਨ ਤੇਰੀ ਜ਼ਿੰਦਗੀ ਚ ਪ੍ਰਭਾਤ ਆ ਜਾਏਗੀ। ਇਸੇ ਕਰਕੇ ਗੁਰਬਾਣੀ ਨੂੰ ਕਿਹਾ ਹੈ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮੰਨਾ ਹੈ। ਗੁਰਬਾਣੀ ਰੋਸ਼ਨੀ ਹੈ, ਚਾਨਣ ਹੈ, ਇੱਕ ਦਿਨ ਜੀਵਨ ਵਿੱਚ ਜਿਸ ਦਿਨ ਪ੍ਰਭਾਤ ਆ ਜਾਏਗੀ, ਸਮਝ ਲਈ ਪ੍ਰਭਾਤੀ ਰਾਗ ਨੇ ਤੇਰੇ ਜੀਵਨ ਨੂੰ ਰੋਸ਼ਨ ਕਰ ਦਿੱਤਾ, ਰਾਗਾਂ ਨੂੰ ਇੱਕ ਬਕਾਇਦਾ ਤਰਤੀਬ ਦੇ ਦਿੱਤੀ। ਇਹਦੇ ਵਿੱਚ ਜਿਹੜਾ ਗੌੜੀ ਰਾਗ ਹੈ ਉਹ ਤੀਜਾ ਰਾਗ ਹੈ ਤੇ ਗੌੜੀ ਕੇਵਲ ਰਾਗ ਨਹੀਂ ਬਲਕਿ ਗੌੜੀ ਦੀਆਂ 11 ਕਿਸਮਾਂ ਨੇ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 11 ਕਿਸਮਾਂ ਨੇ ਗੌੜੀ ਦੀਆਂ। ਗੌੜੀ ਗੁਆਰੇਰੀ ਹੈ, ਗੌੜੀ ਦੱਖਣੀ ਹੈ, ਗੌੜੀ ਚੇਤੀ ਹੈ, ਗੌੜੀ ਬੈਰਾਗਣ ਹੈ, ਗੌੜੀ ਪੂਰਬੀ ਹੈ ਔਰ ਗੌੜੀ ਪੂਰਬੀ ਦੀਪਕੀ ਹੈ, ਗੌੜੀ ਦੀਪਕੀ ਵੀ ਹੈ, ਗੌੜੀ ਮਾਝ ਵੀ ਹੈ, ਗੌੜੀ ਮਾਲਵਾ ਹੈ, ਗੌੜੀ ਮਾਲਾ ਹੈ, ਗੌੜੀ ਸੋਰਠ ਹੈ। ਇਹਦੀਆਂ 11 ਕਿਸਮਾਂ ਨੇ ਔਰ ਇਹਦੇ ਵਿੱਚ ਇੱਕ ਜਿਹੜੀ ਕਿਸਮ ਹੈ ਗੌੜੀ ਦੀ ਉਹ 3 ਰਾਗਾਂ ਦੇ ਮਿਸ਼ਰਨ ਦੀ ਕਿਸਮ ਹੈ। 3 ਰਾਗਾਂ ਦਾ ਇਹਦੇ ਵਿੱਚ ਮਿਸ਼ਰਨ ਹੈ, ਉਹ ਹੈ ਗੌੜੀ ਪੂਰਬੀ ਦੀਪਕੀ ਮਹਿਲਾ ਪਹਿਲਾ। ਯਾਦ ਰੱਖਿਓ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 7 ਕਿਸਮਾਂ ਦੇ ਸਤਿਗੁਰੂ ਜੀ ਨੇ ਰਾਗ ਵਰਤੇ ਨੇ, 7 ਤਰ੍ਹਾਂ ਦੇ ਰਾਗ ਨੇ। ਪਹਿਲੇ ਰਾਗ ਨੇ ਸ਼ੁੱਧ ਰਾਗ, ਜਿਨ੍ਹਾਂ ਦੇ ਰਾਗਾਂ ਦੇ ਉੱਪਰ ਕਿਸੇ ਹੋਰ ਰਾਗ ਦਾ ਪਰਛਾਵਾਂ ਨਹੀਂ ਹੈ, ਕੋਈ ਝਲਕ ਨਹੀਂ ਹੈ, ਕੋਈ ਸੁਰ ਨਹੀਂ ਹੈ, ਉਹ ਉਹਨਾਂ ਦੀ ਆਪਣੀ ਆਜ਼ਾਦ ਹੋਂਦ ਹੈ।
स्पष्ट रूप दे रूप स्वतंत्र है प्रधान स्वरूप रखते हैं जिवें श्री राग माज राग गौड़ी है आसा है गुजरी है बिहागड़ा है विडंस सोल्ट तनासरी तलंग राग सुई राग बिलावर राग रामकली राग मारू राग तुखारी है पैरू है बसंत सारंग मलार प्रभाती ये शुद्ध राग ने इन्हां दा अपना स्वतंत्र स्वरूप है इन्हां दे उपर किसी होर राग दा परछावा नहीं किसी होर सुर दी झलक नहीं दूजे हुंदे ने छाया लग राग दूजी किस्म सत किस्म ने गुरबाणी दे विच धन गुरु ग्रंथ साहिब दूजी किस्म छाया लग राग ये छाया लग भाव किसी राग की छां पैंदी होवे दूजे राग ते झलक पैंदी होवे कोई सुर मैच करदी होवे उहनूं कहिंदे ने छाया लग राग जिवें गौड़ी दे विच गुआरेरी मिक्स आ गई गौड़ी दे नाल चेती राग आ गया गौड़ी नाल बरागण आ गई गौड़ी नाल पूर्वी आ गया गौड़ी नाल दीपकी राग अटैच हो गया आसा दे नाल जिवें काफी जुड़ गई सूही दे नाल जिवें काफी जुड़ गई मारू स्वतंत्र है पर उहदे नाल काफी जुड़ गई हुण छाया लग राग बन गया बसंत स्वतंत्र राग है हिंडोल स्वतंत्र है पर बसंत दे नाल हिंडोल दी छाया पै गई प्रभाती दे नाल विभास दी छाया पै गई इहने छाया लग राग तीजी किस्म है संकीर्ण राग संकीर्ण नाम तो ही पता है बड़ा तंग जिवें मानो सीट ते एक बंदे दी होवे पर उहदे च तीन जणे फस के बह जाण दो जणे फस के बह जाण उहनूं कहिंदे ने संकीर्ण राग जिथे दो जां दो तों वध रागां दा मिश्रण होवे उहनूं कहिंदे ने संकीर्ण राग जिवें धन गुरु ग्रंथ साहिब दी बाणी विच गौड़ी दी किस्म है गौड़ी पूर्वी दीपकी इहदे विच तीन चीज़ां दा मिश्रण हो गया गौड़ी दा पूर्वी दा ते दीपकी दा सुभाविक सुरा बदल गई और गुरु नानक साहिब जी दा शब्द इस राग विच 157 पन्ने दे उपर है जिहड़ा असीं शब्द 16 साहिब दी बाणी च पढ़ने हां राग गौड़ी पूर्वी महला पहला ओ गौड़ी पूर्वी है गौड़ी ते पूर्वी जय कर कीर्ता किया करते का होए विचारो तत कर गाओ सुहिला सिवरे ओ सिरजनहारो पर जिहड़ा 157 पन्ने दे उपर है ओ गौड़ी पूर्वी नहीं आ गौड़ी पूर्वी नाल दीपकी भी रला दित्ता उहदे विच संकीर्ण राग बन गया जदों दीपकी भी रल गया सुभाविक उन्हें दी मात्रा में भी फर्क पै गया ते उत्थे फिर सतगुरु पातशाह जी ने थोड़ा जिहा उहदे च तब्दीली कर दित्ती जय कर कीर्त आखिया करते का होए बीचारो तित कर गावो सुहिला सिवरो उत्थे सिवरो सिरजनहारो तुम गावो मेरे निरभउ का सुहिला हो वारी जिस वेले सदा सुखोए ए नहीं आया उत्थे आया हो वारी जाओ जित सोहिला सदा सुख होए हो वारी जाओ जित सोहिला सदा सुख होए तरतीब बदल गई ये है संकीर्ण राग इस तो अगली जिहड़ी किस्म है चौथी किस्म है दक्षिणी राग दक्षिणी भाव दक्षण दे इलाके दे राग जदों भारत ते विदेशां दे हमलावरां दे हमले हुंदे रहे विदेशी हमलावरां दे उदों अद्धा भारत उहनां दे कब्जे च हुंदा सी अद्धा आजाद हुंदा सी सुभाविक राग भी दो हिस्सों छुट गए उत्तरी भारतीय संगीत पद्धति अलग हो गई दक्षिणी भारत की संगीत पद्धति अलग हो गई जिन्होंने असं कर्नाटकी संगीत भी कह दें हूँ क्योंकि गुरु नानक पातशाह दक्षण च भी गए सन साउथ वल गए सन साउथ दे विच दक्षण दे विच एक शहर है उहदा नाम है ओंकार उहदे विच इक मंदिर है उहदा नाम ही है ओंकार उत्थे सतगुरु पातशाह ने एक बाणी रची भी तुसीं इस चार दीवारी वाले भगवान नूं रब कह रहे हो असीं तुहानूं दस्सदे हां ओंकार किहड़ा है उत्थे ओंकार दी बाणी रची उह जिहड़ी बाणी रची दक्षण दे विच उहनां दे राग विच गा के उहनां नूं सुनाई जिहड़ा राग उहनां च प्रचलित सी दक्षण दा रामकली दक्षणी दक्षिणी ओंकार नहीं बाणी दा नाम है ओंकार राग रामकली दे नाल दक्षिणी जुड़ गया दक्षण दे इलाके दे रामकली राग गुरु नानक पातशाह क्योंकि दक्षिण विच गए सन इस करके उन्होंने दक्षिण राग दी भी बाणी दे विच वरतों की दक्षिणी राग दी 6 रागां दे विच सतगुरु पातशाह जी ने दक्षिणी नूं वरतिया 6 रागां विच और सिर्फ गुरु नानक साहब की बाणी च आणगे दक्षिणी होर किसी गुरु साहब भगत साहब की बाणी च नहीं आणगे गुरु नानक साहब की बाणी च आणगे दक्षण दे इलाके दे राग 6 गौड़ी दक्षिणी विडांस दक्षिणी तीजा बिलावल दक्षिणी चौथा रामकली दक्षिणी पंजवां मारू दक्षिणी ते छेवां प्रभाती दक्षिणी
ਇਹ ਸਿਰਫ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਜਾਣਗੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੱਖਣ ਸਾਈਡ ਗਏ ਉੱਥੋਂ ਦੇ ਦੱਖਣ ਦੇ ਇਸ ਰਾਗ ਨੂੰ ਵਿਖਿਆ ਪਰਖਿਆ ਉਹਦੇ 'ਚ ਕਿਉਂਕਿ ਬਾਣੀ ਰਚੀ ਸੀ ਓਂਕਾਰ ਦੀ ਸੁਭਾਵਕ ਉਸੇ ਰਾਮਕਲੀ ਦੱਖਣੀ ਰਾਗ ਦੇ ਵਿੱਚ ਹੋਰ ਵੀ ਬਾਣੀਆਂ ਰਚੀਆਂ ਛੇ ਰਾਗਾਂ ਦੇ ਵਿੱਚ ਬਾਣੀਆਂ ਰਚੀਆਂ ਦੱਖਣ ਭਾਰਤ ਦੇ ਇਹ ਰਾਗ ਨੇ ਇਸ ਤੋਂ ਅੱਗੇ ਸਨਾਤਨੀ ਰਾਗ ਨੇ ਪਹਿਲੇ ਨੇ ਸ਼ੁੱਧ ਰਾਗ ਦੂਜੇ ਛਾਇਆ ਲਾਗ ਤੀਜੇ ਨੇ ਸੰਕੀਰਨ ਚੌਥੇ ਦੱਖਣੀ ਹੋ ਗਏ ਤੇ ਪੰਜਵੇਂ ਨੇ ਸਨਾਤਨੀ ਰਾਗ ਸਨਾਤਨੀ ਮਨੇ ਜਿਹੜੇ ਬਹੁਤ ਪੁਰਾਣੇ ਸਥਾਪਿਤ ਸਨ ਭਾਰਤ ਦੀ ਧਰਤੀ ਤੇ ਔਰ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਭਜਨ ਲਿਖੇ ਗਏ ਬਹੁਤ ਸਾਰੇ ਸਨਾਤਨ ਮਤ ਦੀਆਂ ਧਾਰਮਿਕ ਚੀਜ਼ਾਂ ਲਿਖੀਆਂ ਗਈਆਂ ਉਸ ਕਾਵਿ ਰੂਪ ਦੇ ਵਿੱਚ ਉਹਦੇ ਵਿੱਚ ਅਸ਼ਟਪਦੀ ਦਾ ਖਾਸ ਤੌਰ ਤੇ ਪ੍ਰਯੋਗ ਹੈ ਗੁਰਬਾਣੀ ਚ ਅਸ਼ਟਪਦੀ ਬਹੁਤ ਆਉਂਦੀ ਹੈ ਤੇ ਅਸ਼ਟਪਦੀ ਦਾ ਪ੍ਰਯੋਗ ਜਿਹੜਾ ਉਹ ਸ੍ਰੀ ਰਾਗ ਚ ਵੀ ਕੀਤਾ ਗੌੜੀ ਚ ਵੀ ਕੀਤਾ ਗੁਜਰੀ ਚ ਵੀ ਕੀਤਾ ਰਾਮਕਲੀ ਰਾਗ ਚ ਵੀ ਕੀਤਾ ਪ੍ਰਭਾਤੀ ਰਾਗਾਂ ਦੇ ਅਧੀਨ ਹੋਰ ਬਹੁਤ ਸਾਰੇ ਜਿਹੜੇ ਉਚਾਰਨ ਕੀਤੇ ਗਏ ਭਾਵ ਅਸ਼ਟਪਦੀ ਦਾ ਪ੍ਰਯੋਗ ਸ੍ਰੀ ਰਾਗ ਚ ਹੋਇਆ ਗੌੜੀ ਗੁਜਰੀ ਰਾਮਕਲੀ ਪ੍ਰਭਾਤੀ ਰਾਗਾਂ ਦੇ ਵਿੱਚ ਜਿਹੜੀਆਂ ਬਾਣੀ ਉਚਾਰੀ ਸਨਾਤਨੀ ਰਾਗ ਨੇ ਕਿਉਂਕਿ ਪ੍ਰਚਲਿਤ ਸਨ ਲੋਕਾਂ ਦੇ ਵਿੱਚ ਉਹਨਾਂ ਦੇ ਦਿਲਾਂ ਚ ਉਤਰਨ ਵਾਸਤੇ ਉਹਨਾਂ ਦਾ ਹੀ ਮਿਊਜ਼ਿਕ ਉਹਨਾਂ ਦੀ ਸੰਗੀਤ ਪਦਤੀ ਲੈ ਕੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਨੂੰ ਉਹਨਾਂ ਦੇ ਹਿਰਦਿਆਂ ਚ ਪਹੁੰਚਾ ਦਿੱਤਾ ਛੇਵੇਂ ਨੇ ਦੇਸੀ ਰਾਗ ਦੇਸੀ ਰਾਗ ਦੇ ਨੇ ਜਿਹੜੇ ਕਿਸੇ ਇਲਾਕੇ ਦੇ ਆਪਣੇ ਰਾਗ ਹੁੰਦੇ ਨੇ ਲੋਕਲ ਰਾਗ ਜਿਵੇਂ ਮਾਝ ਰਾਗ ਲੋਕਲ ਹੈ ਆਸਾ ਰਾਗ ਜਾਂ ਆਸਾ ਕਾਫੀ ਇਹ ਦੇਸੀ ਰਾਗ ਨੇ ਆਪਣੇ ਆਪਣੇ ਇਲਾਕਿਆਂ ਦੇ ਨੇ ਬਿਹਾਗੜਾ ਹੈ ਤਿਲੰਗ ਹੈ ਸੂਹੀ ਹੈ ਮਾਰੂ ਹੈ ਤੁਖਾਰੀ ਹੈ ਇਹ ਦੇਸੀ ਰਾਗ ਨੇ ਸੱਤਵੀਂ ਕਿਸਮ ਹੈ ਮੌਸਮੀ ਰਾਗ ਮੌਸਮੀ ਰਾਗ ਉਹ ਨੇ ਜਿਹੜੇ ਕਿਸੇ ਖਾਸ ਮੌਸਮ ਚ ਗਾਏ ਜਾਂਦੇ ਨੇ ਉਦਾਹਰਣ ਦੇ ਤੌਰ ਤੇ ਬਸੰਤ ਰੁੱਤ ਆਏਗੀ ਤੇ ਬਸੰਤ ਰਾਗ ਗਾਇਆ ਜਾਏਗਾ ਔਰ ਸਾਰਾ ਮਹੀਨਾ ਹੀ ਬਸੰਤ ਰਾਗ ਗਾਉਣ ਦੀ ਹਦਾਇਤ ਹੈ ਜਾਂ ਕਹਿ ਲਓ ਸਾਰਾ ਮਹੀਨਾ ਹੀ ਗਾਇਆ ਜਾ ਸਕਦਾ ਹੈ ਕਿਸੇ ਟਾਈਮ ਵੀ ਗਾਇਆ ਜਾ ਸਕਦਾ ਹੈ ਇਹਦਾ ਖਾਸ ਸਮਾਂ ਨਿਸ਼ਚਿਤ ਨਹੀਂ ਹੁੰਦਾ ਬਸੰਤ ਰੁੱਤ ਵਿੱਚ ਬਸੰਤ ਰਾਗ ਜਦੋਂ ਮਰਜ਼ੀ ਗਾਇਆ ਜਾ ਸਕਦਾ ਹੈ ਜਾਂ ਮੌਸਮੀ ਰਾਗ ਹੈ ਮਲਾਰ ਰਾਗ ਕਦੀ ਵੀ ਗਾਇਆ ਜਾ ਸਕਦਾ ਹੈ ਵਰਸ਼ਾ ਦੇ ਰੁੱਤ ਦੇ ਵਿੱਚ ਕਦੀ ਵੀ ਮਲਾਰ ਰਾਗ ਗਾਇਆ ਜਾ ਸਕਦਾ ਮੌਸਮੀ ਰਾਗ ਵੀ ਗੁਰਬਾਣੀ ਵਿੱਚ ਦਰਜ ਹੈ ਕਹਿਣ ਤੋਂ ਭਾਵ ਰਾਗਾਂ ਦੀ ਬਕਾਇਦਾ ਇੱਕ ਪੱਧਤੀ ਹੈ ਗੁਰਬਾਣੀ ਦੇ ਵਿੱਚ ਜੋ ਕਿ ਅੱਜ ਅਸੀਂ ਭੁੱਲਦੇ ਚਲੇ ਜਾ ਰਹੇ ਹਾਂ ਔਰ ਇੰਨੀ ਅਹਿਮੀਅਤ ਸੀ ਰਾਗਾਂ ਦੀ ਇੰਨੀ ਜ਼ਿਆਦਾ ਅਹਿਮੀਅਤ ਸੀ ਕਿ ਜਿਹੜਾ ਵੀ ਸ਼ਬਦ ਉਚਾਰਿਆ ਉੱਪਰ ਰਾਗ ਲਿਖ ਦਿੱਤਾ ਰਾਗ ਗੌੜੀ ਇਸ ਸ਼ਬਦ ਨੂੰ ਗੌੜੀ ਰਾਗ ਚ ਗਾਣਾ ਦੂਜਾ ਸ਼ਬਦ ਲਿਖ ਉਚਾਰਨ ਕੀਤਾ ਜਾਂ ਦਰਜ ਕੀਤਾ ਫਿਰ ਲਿਖ ਦਿੱਤਾ ਰਾਗ ਗੌੜੀ ਤੀਜਾ ਸ਼ਬਦ ਦਰਜ ਕੀਤਾ ਫਿਰ ਲਿਖ ਦਿੱਤਾ ਗੌੜੀ ਚੌਥਾ ਫਿਰ ਗੌੜੀ ਇੱਕੋ ਵਾਰ ਲਿਖ ਸਕਦੇ ਸਨ ਵੀ ਅੱਗੋ ਜਿੰਨੇ 50 ਸ਼ਬਦ ਆਣੇ ਨੇ ਗੌੜੀ ਚ ਗਾਣੇ ਨੇ ਨਹੀਂ ਏਦਾਂ ਨਹੀਂ ਕੀਤਾ ਹਰ ਸ਼ਬਦ ਨਾਲ ਹਦਾਇਤ ਦਿੱਤੀ ਬਕਾਇਦਾ ਵੀ ਇਸ ਸ਼ਬਦ ਨੂੰ ਗੌੜੀ ਚ ਗਾਇਓ ਆਹ ਜਿਹੜਾ ਅਗਲਾ ਸ਼ਬਦ ਆ ਰਿਹਾ ਇਹਨੂੰ ਗੌੜੀ ਚ ਗਾਇਓ ਉਸ ਤੋਂ ਅਗਲਾ ਆ ਰਿਹਾ ਇਹਨੂੰ ਗੌੜੀ ਚ ਗਾਇਓ ਤੇ ਜਿੱਥੇ ਲੋੜ ਪਈ ਤਬਦੀਲੀ ਦੀ ਬਕਾਇਦਾ ਉੱਥੇ ਲਿਖ ਦਿੱਤਾ ਕਿ ਇਹਨੂੰ ਗੌੜੀ ਚੇਤੀ ਚ ਗਾਇਓ ਇਹਨੂੰ ਗੌੜੀ ਬੈਰਾਗੜ ਵਿੱਚ ਗਾਇਓ ਜਾਂ ਇਹਨੂੰ ਗੌੜੀ ਗੁਆਰੇਰੀ ਚ ਗਾਇਓ ਇਹਨੂੰ ਦੱਖਣੀ ਚ ਗਾਇਓ ਇਹਨੂੰ ਪੂਰਬੀ ਚ ਗਾਇਓ ਇਹਨੂੰ ਦੀਪਕੀ ਚ ਗਾਇਓ ਮਾਝ ਚ ਮਾਲਵਾ ਚ ਮਾਲਾ ਚ ਸੋਰਠ ਗੌੜੀ ਪੂਰਬੀ ਦੀਪਕੀ ਚ ਬਕਾਇਦਾ ਹਦਾਇਤ ਕੀਤੀ ਇਹ ਕਮਾਲ ਸੀ ਇਹਦਾ ਮਤਲਬ ਰਾਗਾਂ ਦੀ ਬਹੁਤ ਅਹਿਮੀਅਤ ਹੈ ਇਸ ਕਰਕੇ ਹਰ ਸ਼ਬਦ ਦੇ ਉੱਪਰ ਬਕਾਇਦਾ ਰਾਗ ਦਾ ਸਿਰਲੇਖ ਦੇਣਾ ਪੈ ਗਿਆ ਵੀ ਇਸ ਸ਼ਬਦ ਨੂੰ ਆਪਣੇ ਆਮ ਮੁਹਾਰੇ ਨਾ ਗਾਣ ਲੱਗ ਜਾਇਓ ਇਹਨੂੰ ਇਸ ਰਾਗ ਵਿੱਚ ਕਰੋ ਬਹੁਤ ਸਾਰੇ ਰਾਗ ਜਿਹੜੇ ਐਸੇ ਵੀ ਹੁੰਦੇ ਨੇ ਜਿਹੜੇ ਸਵੇਰੇ ਵੀ ਗਾਏ ਜਾਂਦੇ ਨੇ ਸ਼ਾਮੀ ਵੀ ਜਿਵੇਂ ਆਸਾ ਰਾਗ ਅਸੀਂ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਕਰਦੇ ਹਾਂ ਆਸਾ ਸਵੇਰੇ ਵੀ ਗਾਇਆ ਜਾਂਦਾ ਹੈ ਸ਼ਾਮ ਸੋਦਰ ਦੀ ਚੌਂਕੀ ਲੱਗਦੀ ਉਦੋਂ ਵੀ ਆਸਾ ਰਾਗ ਗਾਇਆ ਜਾਂਦਾ ਹੈ ਖੈਰ ਇੱਕ ਬੜਾ ਲੰਮਾ ਚੌੜਾ ਪ੍ਰਕਰਨ ਹੈ ਇਹ ਰਾਗਾਂ ਦਾ ਰਾਗ ਗੌੜੀ ਪੂਰਬੀ ਇਸ ਬਾਣੀ ਨੂੰ ਗੌੜੀ ਪੂਰਬੀ ਰਾਗ ਚ ਗਾਉਣ ਦੀ ਹਦਾਇਤ ਹੈ ਉਹ ਰਾਗਾਂ ਦਾ ਇੱਕ ਬਹੁਤ ਲੰਮਾ ਚੌੜਾ ਜਿਹੜਾ ਪ੍ਰਬੰਧ ਹੈ ਗੁਰਬਾਣੀ ਵਿੱਚ ਰਾਗਾਂ ਤੋਂ ਇਲਾਵਾ ਪੜਤਾਲਾਂ ਜਿਹੜੀਆਂ ਨੇ ਉਹ ਵੱਖਰੀਆਂ 55 ਪੜਤਾਲਾਂ ਨੇ ਜਿਹੜੀਆਂ ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗਾਈਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਪੜਤਾਲਾਂ ਚ ਮਿਲਦੀ ਹੈ 55 ਪੜਤਾਲਾਂ ਬਹੁਤ ਔਖੀ ਗਾਇਕੀ ਇਹ ਅਸਥਾਈ ਬਦਲਦੀ ਅੰਤਰਾ ਬਦਲਦਾ ਕੰਪੋਜੀਸ਼ਨ ਦੇ ਵਿੱਚ ਤਾਲ ਪਰਤ ਪਰਤ ਕੇ ਬਦਲ ਬਦਲ ਕੇ ਵਿੱਚ ਲਾਏ ਜਾਂਦੇ ਨੇ ਖੈਰ